हाँ जी नमस्ते सत श्रीकाल वेलकम बैक टू तो कपिल इंस्टीट्यूट्स यूट्यूब चैनल हर वीडियो की तरह वीडियो बड़ी इंपोर्टेंट बड़ी खास है इस न्यूज़ ने अफकोर्स ये अपनी अच्छी जी वीडियो हैगी एक लेटेस्ट न्यूज़ से रिगार्डिंग है जो पंजाब सरकार ने एक फैसला लिता है विद्यार्थियों लिए स्टूडेंट्स लिए एंड बहुत ही इंपोर्टेंट एंड हिस्टोरिकल डिसीजन मैं कहूँगा आने वाले साल वास्ते है डिसीजन है की डिसीजन है की गलबात है इस वीडियो में आप डिस्कस करने वाले हैं सो डिस्कस करते हैं आप ਕੀ ਹੈ ਵੀਡੀਓ ਚ ਖੈਰ ਇਹਦੇ ਵਿੱਚ ਇਹ ਹੈ ਵੀ 2100 2100 ਮਤਲਬ 2100 ਪੋਸਟਾਂ ਹਰ ਸਾਲ ਪੰਜਾਬ ਪੁਲਿਸ ਨੇ ਮਤਲਬ ਹਰ ਸਾਲ ਪੰਜਾਬ ਪੁਲਿਸ ਵਾਸਤੇ ਵੈਕੈਂਸੀਸ ਕੱਢੀਆਂ ਜਾਣਗੀਆਂ ਤੇ ਕਿੰਨੀਆਂ ਕਨਸਟੇਬਲ ਦੀਆਂ ਕਿੰਨੀਆਂ ਸਬ ਇੰਸਪੈਕਟਰ ਦੀਆਂ ਅੱਜ ਉਹਦੇ ਬਾਰੇ ਆਪਾਂ ਥੋੜਾ ਜਿਹਾ ਡਿਸਕਸ ਕਰ ਲਈਏ ਤੇ ਡਿਟੇਲਸ 'ਚ ਪੂਰੀ ਨਿਊਜ਼ ਹੈ ਕਿ ਰਾਈਟ ਟੋਟਲ ਵੀਡੀਓ ਆਪਣੇ 5 ਮਿੰਟ ਦੀ ਹੈ ਲੇਕਿਨ ਪੂਰੀ ਨਿਊਜ਼ ਹੈ ਕਿ ਕੀ ਗੱਲਬਾਤ ਹੈ ਆਪਾਂ ਉਹ ਸਟਾਰਟ ਕਰੀਏ ਕੁਇਕਲੀ ਸੋ ਪੰਜਾਬ ਸਰਕਾਰ ਦਾ ਵੱਡਾ ਐਲਾਨ ਹੈ तो डिसीजन ਕੀ ਆਫਕੋਰਸ 12 डिसेंबर ਨੂੰ ਇੱਕ ਮੀਟਿੰਗ ਹੋਈ 12 डिसेंबर 2022 ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਐਂਡ ਉਹਦੇ ਵਿੱਚ ਆਪਣੇ ਜਿਹੜੇ ਵਿੱਤ ਮੰਤਰੀ ਜੋ ਹੈ ਵਿੱਤ ਮੰਤਰੀ ਮਤਲਬ ਫਾਈਨੈਂਸ ਮਿਨਿਸਟਰ ਜਿਹੜੇ ਹੈਗੇ ਹਰਪਾਲ ਸਿੰਘ ਚੀਮਾ ਉਹਨਾਂ ਨੇ ਡਿਸਾਈਡ ਕੀਤਾ ਵੀ ਹਰ ਸਾਲ ਆਪਾਂ ਨੇ 1800 ਪੋਸਟਾਂ ਕਨਸਟੇਬਲ ਦੀਆਂ ਹਰ ਜਿਹੜੇ ਹੈਗੇ ਨਿਕਾਲੀ ਨਿਕਾਲਣੀ ਹੈ ਰਾਈਟ ਤੇ 1800 ਪੋਸਟਾਂ ਹੁਣ ਹਰ ਸਾਲ ਆਣਗੇ ਆਣਗੇ ਪਹਿਲਾਂ ਕੀ ਹੁੰਦਾ ਸੀ ਵੀ 2 ਸਾਲਾਂ ਬਾਅਦ ਜਾਂ 4 ਸਾਲਾਂ ਬਾਅਦ ਪੁਲਿਸ ਵੈਕੈਂਸੀ ਸੀ ਡੀ ਸੀ ਪੁਲਿਸ ਫੋਰਸ ਵਿੱਚ ਜਿਹੜੀ ਕਨਸਟੇਬਲ ਵੈਕੈਂਸੀਸ ਜਾਂ ਸਬ ਇੰਸਪੈਕਟਰ ਦੀਆਂ ਪੋਸਟਾਂ ਆਉਂਦੀਆਂ ਸੀ ਬੱਚੇ ਬਹੁਤ ਸਾਰੇ ਵੇਟ ਕਰਦੇ ਰਹਿੰਦੇ ਸੀ ਕਿ ਕਦੋਂ ਵੈਕੈਂਸੀ ਆਵੇ ਬਿਕੋਜ਼ ਬਹੁਤ ਬੱਚਿਆਂ ਦਾ ਡ੍ਰੀਮ ਹੈ ਵੀ ਪੰਜਾਬ ਪੁਲਿਸ ਦੀ ਡਰੈਸ ਪਾ ਕੇ ਜਿਹੜਾ ਹੈਗਾ ਸੀ ਆਫਕੋਰਸ ਸੇਵਾ ਕਰੀਏ ਪੰਜਾਬ ਆਪਣੀ ਸਟੇਟ ਨੂੰ ਤੇ ਹੁਣ ਇਹ ਇੱਕ ਡਿਸੀਜਨ ਜਿਹੜਾ ਹੈਗਾ ਇਹ ਇੰਪੋਰਟੈਂਟ ਹੈਗਾ ਵੀ ਬਹੁਤ ਸਾਰੇ ਸਟੂਡੈਂਟਸ ਜਿਹੜਾ ਡ੍ਰੀਮ ਹੈਗਾ ਉਹ ਪੂਰਾ ਕਰਨ ਵਿੱਚ ਇਹ ਡਿਸੀਜਨ ਡੈਫੀਨਿਟਲੀ ਉਹਨਾਂ ਦੀ ਹੈਲਪ ਕਰੂਗਾ ਤੇ 1800 ਪੋਸਟਾਂ ਜਿਹੜੀਆਂ ਹੈਗੀਆਂ ਕਨਸਟੇਬਲ ਦੀਆਂ ਪੰਜਾਬ ਪੁਲਿਸ ਵਿੱਚ ਹਰ ਸਾਲ ਹੁਣ ਆਇਆ ਕਰਨਗੀਆਂ ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਵਿੱਚ ਹੀ ਸਬ ਇਨਸਪੈਕਟਰ ਦੀਆਂ ਪੋਸਟਾਂ ਸਬ ਇਨਸਪੈਕਟਰ ਦੀਆਂ 300 ਪੋਸਟਾਂ ਹਰ ਸਾਲ ਆਣਗੀਆਂ ਤਾਂ ਹਰ ਸਾਲ 1800 ਪੋਸਟਾਂ ਤਾਂ ਆਣੀਆਂ ਹੈਗੀਆਂ ਕਨਸਟੇਬਲ ਦੀਆਂ ਐਂਡ 300 ਪੋਸਟਾਂ ਆਣੀਆਂ ਹੈਗੀਆਂ ਸਬ ਇਨਸਪੈਕਟਰ ਦੀਆਂ 300 ਪੋਸਟਾਂ ਇਹ ਹਰ ਸਾਲ ਆਣੀਆਂ ਹੀ ਆਣੀਆਂ ਹੈ ਇਸ ਸ਼ੋਰ ਇਹਨਾਂ ਨੇ ਮੀਟਿੰਗ 'ਚ ਫਾਈਨਲ ਕੀਤਾ ਇੱਕਲੀ ਮੀਟਿੰਗ ਵਿੱਚ ਇੱਕ ਗੱਲ ਉਹਨਾਂ ਨੇ ਹੋਰ ਡਿਸਕਸ ਕੀਤੀ ਹੈ ਵੀ ਜਿਹੜਾ ਫਿਜ਼ੀਕਲ ਟੈਸਟ ਹੋਇਆ ਕਰੂਗਾ ਹਰ ਸਾਲ ਸਤੰਬਰ ਦੇ ਮਹੀਨੇ 15 ਤੋਂ ਲੈ ਕੇ 30 ਸਤੰਬਰ ਤੱਕ ਹੀ ਫਿਜ਼ੀਕਲ ਟੈਸਟ ਜਿਹੜਾ ਹੈਗਾ ਲੈ ਲਿੱਤਿਆ ਜਾਊਗਾ ਪੰਜਾਬ ਪੁਲਿਸ ਦਾ ਜਿਹੜਾ ਫਿਜ਼ੀਕਲ ਟੈਸਟ ਜਿਹੜਾ ਹੋਊਗਾ ਸਬ ਇੰਸਪੈਕਟਰ ਦਾ ਚਾਹੇ ਕੌਨਸਟੇਬਲ ਦਾ 15 ਸਤੰਬਰ ਤੋਂ ਲੈ ਕੇ 30 ਸਤੰਬਰ ਦੇ ਵਿੱਚਕਾਰ ਫਿਜ਼ੀਕਲ ਟੈਸਟ ਜਿਹੜਾ ਹੈਗਾ ਉਹ ਲੈ ਲਿੱਤਿਆ ਜਾਊਗਾ ਇਸ ਤੋਂ ਇਲਾਵਾ ਆਫਕੋਰਸ ਇੱਕ ਇੰਪੋਰਟੈਂਟ ਜੋ ਜੋ ਇੱਕ ਦੋ ਇੰਪੋਰਟੈਂਟ ਚੀਜ਼ ਹੈਗੀ ਉਹ ਹੈਗੇ ਵੀ 203 ਪੋਸਟਾਂ ਜਿਹੜੇ ਐਨਸੀਸੀ ਵਿੱਚ ਹੈਗੀਆਂ ਉਹ ਵੀ ਹਰ ਸਾਲ ਲਿੱਤੀਆਂ ਜਾਣੀਆਂ 203 ਪੋਸਟਾਂ ਜਿਹੜੇ ਐਨਸੀਸੀ ਜਿਹੜੇ ਹੁੰਦੀਆਂ ਕਾਲਜਿਸ ਵਿੱਚ ਐਨਸੀਸੀ ਕੈਂਪ ਲੱਗਦੇ ਜਿਹਨੂੰ ਸੀ ਸਰਟੀਫਿਕੇਟ ਵਗੈਰਾ ਹੈ ਜਿੱਦੀ ਕਾਫੀ ਵੈਲਿਊ ਹੈ ਐਨਸੀਸੀ ਦੀ ਵੀ ਪੋਸਟਾਂ 203 ਉਹ ਆਣੀ ਆਣੀ ਹੈ ਪਲੱਸ ਨਾਲ ਦੀ ਨਾਲ ਉਹਨਾਂ ਨੇ 710 ਪੋਸਟਾਂ ਜਿਹੜੇ ਹੈਗੀਆਂ ਮਾਲ ਪਟਵਾਰੀ ਦੀਆਂ ਪਰ ਇਹਦਾ ਫੈਸਲਾ ਦਿੱਤਾ ਹੈ ਤੇ ਬਹੁਤ ਜਲਦੀ ਹੀ 710 ਪੋਸਟਾਂ ਪਟਵਾਰੀਆਂ ਦੇ ਵੀ 50 ਪਟਵਾਰੇ ਦੀਆਂ ਹੁਣ ਆਉਣ ਵਾਲੀਆਂ ਤੇ ਬੜਾ ਹੀ ਸਹੀ ਟਾਈਮ ਹੈ ਹੁਣ ਪ੍ਰੈਪਰੇਸ਼ਨ ਕਰਨ ਦਾ ਪ੍ਰੈਕਟਿਸ ਕਰਨ ਦਾ ਬਹੁਤ ਜ਼ਿਆਦਾ ਮਿਹਨਤ ਕਰਨ ਦਾ ਖੈਰ ਜਦੋਂ ਪੰਜਾਬ ਪੁਲਿਸ ਦੀ ਗੱਲ ਆਵੇ ਸਬ ਇੰਸਪੈਕਟਰ ਦੀ ਗੱਲ ਆਵੇ ਕਨਸਟੇਬਲ ਦੀ ਗੱਲ ਹੋਵੇ ਪਟਵਾਰੀ ਦੀ ਗੱਲ ਆਵੇ ਹਰ ਬਾਰ ਆਪਣਾ ਜੋ ਇੰਸਟੀਚੂਟ ਹੈ ਕਪਲ ਇੰਸਟੀਚੂਟ ਹੈ ਹਮੇਸ਼ਾ ਬੈਸਟ ਰਿਜ਼ਲਟ ਆਪਨੇ ਤਾਂ ਮੈਂ ਤੁਹਾਨੂੰ ਅੱਜ ਤੁਹਾਡਨਾਂ ਲੱਗਰ ਲੇਟੈਸਟ ਰਿਜ਼ਲਟ ਦੀ ਗੱਲ ਕਰਾਂ ਲੇਟੈਸਟ ਰਿਜ਼ਲਟ ਆਪਣੀ 2022 ਦਾ ਹੈ 2022 ਦਾ ਲੇਟੈਸਟ ਰਿਜ਼ਲਟ ਹੈ ਜਿਹਦੇ ਵਿੱਚ ਸਟੂਡੈਂਟ ਨੇ ਪੰਜਾਬ ਪੁਲਿਸ ਵਿੱਚ ਜਿਵੇਂ ਆ ਪੰਜਾਬ ਪੂਜਾ ਲੜਕੀ ਹੈ ਪੰਜਾਬ ਪੁਲਿਸ ਵਿੱਚ ਹੈ ਰਮਜੀਤ ਕੋਲ ਖੈਰ ਇਹਨਾਂ ਨੇ SSC CGL SSC ਸਟਾਫ ਸਿਲੈਕਸ਼ਨ ਕਮਿਸ਼ਨ ਦਾ ਵੀ ਪੋਸਟ ਹੈ ਗਿਆ ਬੱਚੇ ਨੇ ਪੇਪਰ ਕਲੀਅਰ ਕੀਤਾ ਹੈ ਨੇ ਵੀ ਬਠਿੰਡੇ ਵਿੱਚ ਵੀ ਹੁਣ SSC ਦੀ ਤਿਆਰੀ ਅੱਛੀ ਤੰਗ ਨਾਲ ਕਰਾਇਆ ਜਾਂਦੇ ਹੈ ਤੇ ਬੱਚਾ ਦੇ ਪੇਪਰ ਕਲੀਅਰ ਹੁੰਦੇ ਹੈ ਇਹ ਲੜਕੇ ਨੇ ਰਿਟਨ ਟੈਸਟ クリア ਕਰ ਲਿਆ ਰਵਨੂ ਨੇ ਸਬ ਇਨਸਪੈਕਟਰ ਦਾ ਕਲੀਅਰ ਹੋਇਆ ਹੁਣੇ 2022 ਚ ਇਹ ਲੜਕੀ ਵੀ ਆਫਕੋਰਸ ਪੰਜਾਬ ਪੁਲਿਸ ਜੁਆਇਨਿੰਗ ਕਰ ਚੁੱਕੀ ਹੈ ਸੁਨੇਨਾ ਵੀ ਸੁਖਪ੍ਰੀਤ ਰਿਟਨ ਟੈਸਟ ਕਲੀਅਰ ਹੋਇਆ ਨਾ ਸਰਜੀਤ ਕੁਮਾਰ ਜਿਹੜਾ ਹੈਗਾ ਇਹਦੇ ਦਾ ਆਫਕੋਰਸ ਪੰਜਾਬ ਪੁਲਿਸ ਪੰਜਾਬ ਪਟਵਾਰੀ ਜੇਲ ਵਾਰਡਨ ਕਿਨੀ ਟੈਸਟ ਹੈ ਹਰਮਨਦੀਪ ਸਿੰਘ ਦੀ ਵੀ ਪੰਜਾਬ ਪੁਲਿਸ ਪੰਜਾਬ ਪਟਵਾਰੀ ਜੇਲ ਵਾਰਡਨ ਕਿਨੀ ਟੈਸਟ ਕਲੀਅਰ ਹੈ ਇਹ ਲੜਕਾ ਬੈਂਕ ਵਿੱਚ ਪ੍ਰੋਬੀਸ਼ਨਰੀ ਅਫੀਸਰ ਹੋਣੇ ਹੋਣੇ ਜੁਆਇਨਿੰਗ ਹੋਈ ਹੈ ਇਹ ਦੇ ਲੜਕੀ ਦੀ ਪ੍ਰੋਬੀਸ਼ਨਰੀ ਅਫੀਸਰ ਸੰਜੀਵ ਕੁਮਾਰ ਹੈ ਗਿਆ ਆਫਕੋਰਸ ਡਿਫੈਂਸ ਗਿਆ ਚਰਨਪ੍ਰੀਤ ਸਿੰਘ ਆਫਕੋਰਸ ਇਹਦਾ ਵੀ ਸਬ ਇੰਸਪੈਕਟਰ ਜਿਹੜਾ ਹੈ ਗਿਆ ਰਿਟਨ ਐਗਜ਼ਾਮ ਹੋਇਆ ਕਿੰਨੀ ਲਿਸਟ ਬਹੁਤ ਵੱਡੀ ਹੈ ਖੈਰ ਤੇ ਮਤਲਬ ਕਹਿੰਦਾ ਇਹ ਵੀ ਆਪਣਾ ਅਪਲ ਇੰਸਟੀਟਿਊਟ ਦਾ ਮੇਨ ਫੋਕਸ ਹੈ ਹੀ ਰਿਹਾ ਹੈ ਵੀ ਜੋ ਇੱਥੋਂ ਦੀ ਜਿਹੜੀ ਟੀਚਰ ਹੈ ਬਿਕੋਜ਼ ਚਾਹੇ ਹੋ ਟੀਚਰ ਤੁਸੀਂ ਕੋਈ ਵੀ ਬਟ ਮਤਲਬ ਪੰਜਾਬ ਚ ਕਿਤੇ ਵੀ ਇੰਸਟੀਟਿਊਟ ਜਾਈਏ ਆਪਾਂ ਜੋ ਟੀਚਰ ਇੱਥੇ ਹੈ ਬਿਕੋਜ਼ ਇੱਥੇ ਟੀਚਰ ਨੇ ਦਿੱਲੀ ਪੜਾਇ ਚੰਡੀਗੜ ਪਟਿਆਲਾ ਲਖਨਊ ਅਲੱਗ-ਅਲੱਗ ਜਗ੍ਹਾ ਪੜਾਇਆ ਹੋਇਆ ਔਰ ਇਹੀ ਰੀਜ਼ਨ ਹੈ ਆਪਣਾ ਹਰ ਬਾਰ ਪੰਜਾਬ ਵਿੱਚ ਬੈਸਟ ਰਿਜ਼ਲਟ ਆਂਦਾ ਹੈ ਅਗਰ ਪੰਜਾਬ ਪੁਲਿਸ ਐਗਜ਼ਾਮ ਦੀ ਤਿਆਰੀ ਗੱਲ ਕਰੀਏ ਪਟਵਾਰੀ ਦੀ ਗੱਲ ਕਰੀਏ SSC ਦੀ ਗੱਲ ਕਰੀਏ ਰਾਈਟ ਖੈਰ ਅੱਜ ਦੀ ਵੀਡੀਓ ਦਾ ਮੇਨ ਜਿਹੜੇ ਲਿਕੇਨ ਫੋਕਸ ਆਪਣਾ ਸੀ ਤੁਹਾਨੂੰ ਅਵੇਅਰ ਕਰਵਾਉਣਾ ਵੀ ਪੰਜਾਬ ਵਿੱਚ ਹਰ ਸਾਲ ਪੁਲਿਸ ਦੀਆਂ ਭਰਤੀਆਂ ਹੁਣ ਆਇ ਕਰਨ ਗਿਆ ਤੇ ਬੈਸਟ ਟਾਈਮ ਹੈ ਇਹੀ ਟਾਈਮ ਹੈ अपनी जो है प्रेपरेशन स्टार्ट कितनी हुई है तो उन्होंने होर जो है प्रैपरे फास्ट कर दुआव <laughs> कपिल इंस्टीट्यूट बठिंडिया दुआव हमेशा है कोई भी थोड़े माइंड में डाउट होश्न हो, हो फैसले लैके की डिशिजन है की गलबात है तीस तो कमेंट बॉक्स में लिख सकते डेफिनेटली जो थोड़ा क्वेश्चन होगा जरूर किया जाऊगा थैंक यू थैंक्स अ लॉट एंड वन मोर टाइम लॉट्स एंड लॉट्स ऑफ विशेज बहुत सारे ਦੁਆਵਾਂ ਤੁਹਾਡੇ ਲਈ ਤੁਹਾਡੇ ਅੱਛੇ ਫਿਊਚਰ ਦੇ ਲਈ ਫ্রম ਕਪਿਲ ਇੰਸਟੀਚੂਟ ਬਟਿੰਡਵਾਲੋਂ ਥੈਂਕ ਯੂ ਕੀਪ ਸਮਾਈਲਿੰਗ